ਨਾਮ ਹਰਵਿੰਦਰ ਕੌਰ ਹੈ ਜੀ। ਮੈਂ ਮੋਹਾਲੀ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ। ਮੈਨੂੰ 2 ਸਾਲ ਤੋਂ ਪਤਾ ਲੱਗਿਆ ਕਿ ਮੇਰੇ ਪਿੱਤੇ 'ਚ ਪੱਸੀ ਹੈ ਅਤੇ ਮੈਂ ਇਸ ਫਤਿਹਗੜ੍ਹ ਸਾਹਿਬ 'ਚ ਰਾਣਾ ਹੋਸਪਿਟਲ ਸੁਣਿਆ ਸੀਗਾ ਵੀ ਉੱਥੇ ਬਹੁਤ ਵਧੀਆ ਓਪਰੇਸ਼ਨ ਹੁੰਦੇ ਹਨ ਅਤੇ ਮੈਂ ਇੱਥੇ ਓਪਰੇਸ਼ਨ ਕਰਵਾਇਆ। ਮੇਰਾ ਓਪਰੇਸ਼ਨ ਬਹੁਤ ਵਧੀਆ ਹੋਇਆ ਅਤੇ ਇੱਥੇ ਦਾ ਸਟਾਫ ਅਤੇ ਇੱਥੇ ਦੇ ਡਾਕਟਰ ਬਹੁਤ ਵਧੀਆ ਆ। ਮੇਰਾ ਨਾਮ ਚਰਨਜੀਤ ਸਿੰਘ ਜੀ, ਪਿੰਡ ਬਾਠਾਂ ਗੱਲਾਂ ਤੋਂ ਰਹਿਣ ਵਾਲਾ ਹੀ ਹਾਂ। ਮੇਰੀ ਮਾਤਾ ਨੂੰ 2 ਸਾਲਾਂ ਤੋਂ ਪਿੱਤੇ ਦੀ ਪੱਥਰੀ ਦੀ 2 ਸਾਲਾਂ ਤੋਂ ਸ਼ਿਕਾਇਤ ਸੀ। ਅਸੀਂ ਰਾਣਾ ਹੋਸਪਿਟਲ ਵਿੱਚ ਆਏ, ਉਹਨਾਂ ਦੀ ਪਿੱਤੇ ਦੀ ਪੱਥਰੀ ਦਾ ਓਪਰੇਸ਼ਨ ਕਰਵਾਇਆ। ਮੇਰੀ ਮਾਤਾ ਦਰਸ਼ਨ ਕੌਰ ਨੂੰ ਹੁਣ ਅਸੀਂ ਠੀਕ ਠਾਕ ਘਰ ਲੈ ਕੇ ਜਾ ਰਹੇ ਹਾਂ। ਇੱਥੇ ਦੇ ਡਾਕਟਰ ਅਤੇ ਸਟਾਫ ਬਹੁਤ ਵਧੀਆ ਨੇ, ਇਹਨਾਂ ਦਾ ਧੰਨਵਾਦ ਕਰਦੇ ਹਾਂ ਜੀ, ਠੀਕ ਠਾਕ ਘਰ ਜਾ ਰਹੇ। ਮੈਂ ਹਰਜੀਤ ਸਿੰਘ, ਪਿੰਡ ਮੁਰਲੀਆਂ ਦਾ ਰਹਿਣ ਵਾਲਾ ਹਾਂ ਜੀ। 15 ਕੁ ਦਿਨ ਤੋਂ ਮੈਨੂੰ ਪੱਥਰੀ ਦੀ ਪ੍ਰੋਬਲਮ ਸੀਗੀ ਪਿੱਤੇ 'ਚ ਅਤੇ ਮੈਂ ਰਾਣਾ ਹੋਸਪਿਟਲ ਆਇਆ, ਇੱਥੇ ਓਪਰੇਸ਼ਨ ਕਰਵਾਇਆ ਪਰਸੋਂ ਅਤੇ ਹੁਣ ਮੈਂ ਠੀਕ ਠਾਕ ਆਪਣੇ ਘਰ ਨੂੰ ਜਾ ਰਿਹਾ। ਇੱਥੇ ਦਾ ਸਟਾਫ ਆ ਜਿਹੜਾ ਸਾਰਾ ਸਾਨੂੰ ਵਧੀਆ ਲੱਗਿਆ ਜੀ, ਕੰਮ ਕਾਰ ਇਹਨਾਂ ਦਾ, ਅਸੀਂ ਧੰਨਵਾਦ ਕਰਦੇ ਹਾਂ ਜੀ।